ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ। ਤਾਂ ਸਕਰੀਨ ਉੱਤੇ ਜੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੋ ਪੁਲਿਸ ਨੇ ਇਸ ਔਰਤ ਨੂੰ ਕਾਬੂ ਕੀਤਾ ਹੋਇਆ, ਔਰਤ ਨੇ ਕੋਈ ਚੋਰੀ ਨਹੀਂ ਕੀਤੀ ਜਾਂ ਕੋਈ ਛੋਟਾ ਮੋਟਾ ਕਾਂਡ ਨਹੀਂ ਕੀਤਾ, ਇਸਨੇ ਇਸ਼ਕ ਵਿੱਚ ਅੰਨ੍ਹੀ ਹੋ ਕੇ ਆਪਣਾ ਘਰ ਹੀ ਉਜਾੜ ਲਿਆ। ਤਾਂ ਖਬਰ ਤੁਸੀਂ ਜਦੋਂ ਸੁਣੋਗੇ ਤਾਂ ਤੁਹਾਡੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਣੀ, ਕਿਉਂਕਿ ਇਸ ਔਰਤ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਅਜਿਹਾ ਕਾਂਡ ਕੀਤਾ, ਆਪਣੇ ਪਤੀ ਦੇ ਨਾਲ, ਆਪਣੇ ਪਤੀ ਨਾਲ ਅਜਿਹਾ ਕਾਰਾ ਕਰ ਗਈ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਵਿਸ਼ਵਾਸ ਨਹੀਂ ਹੋਣਾ। ਤਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਖਬਰ ਜ਼ੀਰਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ, ਜਿੱਥੇ ਇਸ ਔਰਤ ਦਾ ਕਈ ਸਾਲਾਂ ਤੋਂ ਇੱਕ ਵਿਅਕਤੀ ਦੇ ਨਾਲ ਨਜਾਇਜ਼ ਸੰਬੰਧ ਸੀਗਾ, ਪਰ ਲਗਾਤਾਰ ਪਤੀ ਅਤੇ ਉਸਦੇ ਦਿਓਰ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀਗਾ। ਪਰ ਪਤੀ ਪਤਨੀ ਦੇ ਸਿਰ ਦੇ ਉੱਤੇ ਇਸ਼ਕ ਦਾ ਅਜਿਹਾ ਭੂਤ ਸਵਾਰ ਸੀਗਾ ਕਿ ਉਸਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕੀ ਕਰਨ ਜਾ ਰਹੀ ਆ, ਉਸਨੇ ਆਪਣਾ ਘਰ ਹੀ ਉਜਾੜ ਲਿਆ। ਤਾਂ ਇਸ ਔਰਤ ਨੇ ਗੱਲਾਂ 'ਚ ਪਾ ਕੇ ਆਪਣੇ ਪਤੀ ਨੂੰ ਰਾਤ ਨੂੰ ਸੈਰ ਕਰਨ ਦੇ ਬਹਾਨੇ ਬਾਹਰ ਲੈ ਜਾਂਦੀ ਹੈ, ਜਿਸ ਦੇ ਬਾਅਦ ਮੋਹਰੇ ਜਿਹੜਾ ਇਸਦਾ ਆਸ਼ਕ ਖੜ੍ਹਾ ਹੁੰਦਾ ਅਤੇ ਨਾਲ ਕੁਛ ਵਿਅਕਤੀ ਖੜ੍ਹੇ ਹੁੰਦੇ ਆ ਅਤੇ ਉਹ ਮਾਰਨ ਦੀ ਨੀਤ ਦੇ ਨਾਲ ਇਸਦੇ ਪਤੀ ਨੂੰ ਅਗਵਾਹ ਕਰ ਲੈਂਦੇ। ਤਾਂ ਸਾਰਾ ਹੀ ਇਹ ਪ੍ਰੀ ਪਲੈਨਡ ਹੁੰਦਾ ਹੈ, ਇਸ ਔਰਤ ਦੇ ਵੱਲੋਂ ਪਹਿਲਾਂ ਹੀ ਆਪਣੇ ਆਸ਼ਕ ਨਾਲ ਮਿਲ ਕੇ ਪਲੈਨ ਕੀਤਾ ਜਾਂਦਾ ਹੈ ਕਿ ਮੇਰੇ ਪਤੀ ਨੂੰ ਕਿਡਨੈਪ ਕਰ ਲਿਆ ਜਾਵੇ ਜਾਂ ਫਿਰ ਉਸਨੂੰ ਜਿਹੜਾ ਮਾਰ ਦਿੱਤਾ ਜਾਵੇ। ਤਾਂ ਅਜਿਹਾ ਪਹਿਲੇ ਪਲੈਨ ਕੀਤਾ ਹੁੰਦਾ, ਜਿਸ ਦੇ ਬਾਅਦ ਇਹ ਜਿਹੜੀ ਔਰਤ ਆਪਣੇ ਪਤੀ ਨੂੰ ਜਦੋਂ ਸੈਰ ਕਰਨ ਦੇ ਬਹਾਨੇ ਲੈ ਕੇ ਜਾਂਦੀ ਹੈ ਤਾਂ ਮੋਹਰੇ ਇਸਦਾ ਆਸ਼ਕ ਖੜ੍ਹਾ ਹੁੰਦਾ ਆਪਣੇ ਦੋਸਤਾਂ ਦੇ ਨਾਲ। ਤਾਂ ਉਸਦੇ ਪਤੀ ਨੂੰ ਜਿਹੜਾ ਆ ਉੱਥੋਂ ਅਗਵਾ ਕਰ ਲਿਆ ਜਾਂਦਾ ਆ, ਕਿਡਨੈਪ ਕਰ ਲਿਆ ਜਾਂਦਾ ਅਤੇ ਉਸਦੇ ਬਾਅਦ ਜਿਹੜਾ ਹਜੇ ਤੱਕ ਉਸਦੇ ਪਤੀ ਦਾ ਕੁਛ ਵੀ ਪਤਾ ਨਹੀਂ ਲੱਗਿਆ। ਪਰ ਜਦੋਂ ਭਰਾ ਜਿਹੜਾ ਉਸ ਵਿਅਕਤੀ ਦਾ ਭਰਾ ਜਿਹੜਾ ਆ ਥਾਣੇ ਵਿੱਚ ਰਿਪੋਰਟ ਦਰਜ ਕਰਵਾਉਂਦਾ ਆਪਣੇ ਭਰਾ ਦੀ ਕਿ ਮੇਰਾ ਭਰਾ ਜਿਹੜਾ ਲਾਪਤਾ ਹੈ, ਪੁਲਿਸ ਤਫਤੀਸ਼ ਕਰਦੀ ਆ, ਤਾਂ ਉਸਦੇ ਬਾਅਦ ਵੱਡੇ ਖੁਲਾਸੇ ਨਿਕਲ ਕੇ ਸਾਹਮਣੇ ਆਉਂਦੇ ਨੇ। ਤਾਂ ਜਦੋਂ ਔਰਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਉਸਦਾ ਭਰਾ ਖੁਲਾਸਾ ਕਰਦਾ ਹੈ ਕਿ ਪੁਲਿਸ ਸਾਹਮਣੇ ਸ਼ਿਕਾਇਤ ਦਰਜ ਕਰਵਾਉਂਦਾ ਹੈ ਕਿ ਮੇਰੀ ਜਿਹੜੀ ਆ ਭਾਬੀ ਆ ਇਸਦੇ ਕਿਸੇ ਵਿਅਕਤੀ ਦੇ ਨਾਲ ਨਜਾਇਜ਼ ਸੰਬੰਧ ਨੇ ਅਤੇ ਲਗਾਤਾਰ ਉਹ ਤੰਗ ਪਰੇਸ਼ਾਨ ਵੀ ਉਸਦਾ ਭਰਾ ਰਹਿੰਦਾ ਸੀਗਾ। ਤਾਂ ਜਿਸ ਨੂੰ ਲੈ ਕੇ ਜਿਹੜੀ ਪੁਲਿਸ ਤਫਤੀਸ਼ ਕਰਦੀ ਹੈ ਇਸਦੀ ਪਤਨੀ ਨੂੰ ਜਿਹੜਾ ਆ ਅਰੈਸਟ ਕਰਦੀ ਹੈ ਅਤੇ ਪੁੱਛਗਿੱਛ ਵਿੱਚ ਫਿਰ ਪਤਨੀ ਸਾਰਾ ਸੱਚ ਉਗਲ ਦਿੰਦੀ ਆ, ਸਾਰਾ ਕੁਛ ਦੱਸ ਦਿੰਦੀ ਆ ਕਿ ਕਿਸ ਤਰ੍ਹਾਂ ਉਸਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਸਾਰਾ ਕਾਂਡ ਕੀਤਾ ਆ। ਤਾਂ ਸੁਣ ਕੇ ਤੁਹਾਡੇ ਪੈਰਾਂ ਥੱਲੇ ਜ਼ਰੂਰ ਜਿਹੜੀ ਆ ਜ਼ਮੀਨ ਨਿਕਲ ਸਕਦੀ ਹੈ, ਕਿਉਂਕਿ ਤਾਰ ਤਾਰ ਰਿਸ਼ਤੇ ਜਿਹੜੇ ਆ ਉਹ ਤਾਰ ਤਾਰ ਕੀਤੇ ਗਏ ਇਸ ਔਰਤ ਦੇ ਵੱਲੋਂ। ਇਸ਼ਕ ਦੇ ਵਿੱਚ ਅੰਨ੍ਹੀ ਹੋ ਕੇ ਇਸਨੇ ਆਸ਼ਕ ਦੇ ਨਾਲ ਮਿਲ ਕੇ ਐਡਾ ਵੱਡਾ ਕਾਰਾ ਕਰ ਦਿੱਤਾ। ਤਾਂ ਤਸਵੀਰ ਬਿਲਕੁਲ ਜਿਹੜੀ ਆ ਡਰਾਉਣ ਵਾਲੀ ਜ਼ੀਰਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸ ਤਰ੍ਹਾਂ ਉਸਨੇ ਸਿਰਫ ਇੱਕ ਆਸ਼ਕੀ ਦਾ ਭੂਤ ਸਵਾਰ ਹੋਣ ਦੇ ਕਰਕੇ ਇੱਕ ਐਡਾ ਵੱਡਾ ਕਾਂਡ ਕਰਤਾ, ਆਪਣੇ ਪਤੀ ਨੂੰ ਅਗਵਾ ਤੱਕ ਕਰਵਾਤਾ। ਹਾਲਾਂਕਿ ਜਾਣਕਾਰੀ ਦੇ ਅਨੁਸਾਰ ਦੱਸ ਦੇਣਾ ਚਾਹੁੰਦੇ ਕਿ ਪਤੀ ਦਾ ਹਾਲੇ ਤੱਕ ਕੁਛ ਨਹੀਂ ਪਤਾ ਕਿ ਉਹ ਕਿੱਥੇ ਆ, ਜਾਂ ਉਸਨੂੰ ਮਾਰ ਦਿੱਤਾ ਗਿਆ ਜਾਂ ਫਿਰ ਉਸਨੂੰ ਅਗਵਾ ਕਰਕੇ ਕਿੱਥੇ ਰੱਖਿਆ ਗਿਆ। ਪਰ ਕਿਤੇ ਨਾ ਕਿਤੇ ਵੱਡੀ ਜਿਹੜੀ ਆ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ, ਰਿਸ਼ਤਿਆਂ ਨੂੰ ਤਾਰ ਤਾਰ ਕਰਦੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ, ਜਿੱਥੇ ਇਸ ਔਰਤ ਨੇ ਭੋਰਾ ਵੀ ਸ਼ਰਮ ਨਹੀਂ ਕੀਤੀ, ਐਡਾ ਵੱਡਾ ਕਾਂਡ ਕਰ ਦਿੱਤਾ। ਹਾਲਾਂਕਿ ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ, ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਕਾਰਵਾਈ ਵੀ ਜਿਹੜੀ ਆ ਉਹ ਹੋਵੇਗੀ। ਪਰ ਕਿਤੇ ਨਾ ਕਿਤੇ ਵੱਡੀ ਕਹਿ ਸਕਦੇ ਹਾਂ ਕਿ ਰਿਸ਼ਤਿਆਂ ਨੂੰ ਤਾਰ ਤਾਰ ਇਸਨੇ ਕਰਕੇ ਰੱਖ ਦਿੱਤਾ। ਔਰਤ ਨੇ ਇਸ਼ਕ ਦੇ ਵਿੱਚ ਅੰਨ੍ਹੀ ਹੋਈ ਸੀ, ਆਪਣੇ ਆਸ਼ਕ ਦੇ ਨਾਲ ਮਿਲ ਕੇ ਐਡਾ ਵੱਡਾ ਕਾਂਡ ਕਰ ਦਿੱਤਾ। ਤਾਂ ਪੁਲਿਸ ਦਾ ਕੀ ਕਹਿਣਾ ਇਸ ਮਾਮਲੇ ਵਿੱਚ, ਸੁਣਾਉਂਦੇ ਚੱਲਦੇ ਹਾਂ। ਆਪਣੇ ਗੁਰਸੇਵਕ ਸਿੰਘ ਨੇ ਇੱਥੇ ਨੂੰ ਵੈਸੇ ਰਹਿਣ ਵਾਲੇ ਹੈਗੇ ਮੰਗੇਵਾਲਾ ਜ਼ਿਲ੍ਹਾ ਮੋਗਾ ਦੇ, ਇਹਨਾਂ ਦਾ ਇੱਥੇ ਭਾਈ ਸੀਗਾ ਮਨਜੀਤ ਸਿੰਘ ਜੋ ਸੁਖਦੀਪ ਸਿੰਘ ਨਾਂ ਦੀ ਲੇਡੀ ਨਾਲ ਮੈਰਿਡ ਸੀਗਾ, ਇੱਥੇ ਜੇਰੇ ਰਹਿੰਦੇ ਸੀਗੇ। ਇਹ 6 ਤਰੀਕ ਨੂੰ ਜਿਹੜਾ ਇਹਦਾ ਭਾਈ ਸੀਗਾ ਮਨਜੀਤ ਸਿੰਘ ਉਹ ਘਰੋਂ ਚਲਾ ਗਿਆ ਸੀਗਾ। ਇਹਨਾਂ ਨੇ ਹੁਣ ਸਾਡੇ ਕੋਲ ਕੱਲ੍ਹ ਬਿਆਨ ਦਿੱਤਾ ਸੀਗਾ ਗੁਰਸੇਵਕ ਸਿੰਘ ਨੇ ਵੀ ਉਹਦੇ ਭਰਜਾਈ ਦੇ ਕਿਸੇ ਬੰਦੇ ਨਾਲ ਰਿਲੇਸ਼ਨ ਸੀਗੇ ਪਿਛਲੇ ਕਾਫੀ ਸਮੇਂ ਤੋਂ, ਵੀ ਉਹਨੇ ਉਹਨੂੰ ਉਹ ਬੰਦਿਆਂ ਦੇ ਰਾਹੀਂ ਕਿਡਨੈਪ ਕਰਵਾ ਦਿੱਤਾ ਮਾਰਨੇ ਦੀ ਨੀਤ ਨਾਲ।
ਜਿਸ ਸੰਬੰਧੀ ਅਸੀਂ ਮੁਕੱਦਮਾ ਨੰਬਰ 43 ਜਿਹੜਾ 364-120 ਥਾਣਾ ਸਿਟੀ ਜ਼ਿਲ੍ਹਾ ਦਰਜ ਕੀਤਾ, ਜਿਹਦੇ ਤਹਿਤ ਇਸ ਲੇਡੀ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ। ਔਰ ਇਹ ਲੇਡੀ ਨੇ ਪੁੱਛਗਿੱਛ ਮੰਨਿਆ ਵੀ ਉਹਦੇ ਕਿਸੇ ਬੰਦੇ ਨਾਲ ਰਿਲੇਸ਼ਨ ਸੀਗੇ, ਅਤੇ ਜਿਹਦੇ ਤਹਿਤ ਚੱਲਦਿਆਂ ਆਪਦੇ ਘਰ ਵਾਲੇ ਨੂੰ ਉਹਨੇ ਡਿਸਪੋਜ਼ ਕਰਵਾਉਣ ਲਈ ਆਪਦੇ ਜਿਹੜੇ ਪ੍ਰੇਮੀ ਦੇ ਨਾਲ ਸੰਪਰਕ ਕੀਤਾ, ਅਤੇ ਜਿਸ ਤਹਿਤ ਉਹਨੂੰ ਬੁਲਾ ਕੇ ਇਹਨੇ 6 ਤਰੀਕ ਨੂੰ ਅਤੇ ਉਹਨਾਂ ਦੇ ਨਾਲ ਧੋਤਾ।